बाल काले करन दा नवा तरीका चिट्टे वाल सी उत्थे लाई जांदे सी खड़े अदरक लसन भी इन्हां नूं पूरा पसंद आ। हां मल्टी आटे समता आपा पहला किन्ने तरसदे सी अमरूदां लई हुण देख ला पए हुंदे ने हमेशा। एक बार तो ना मैं फेसबुक तो लब के किसी दे घरों अमरूद लैन गई सी ओ भी बढ़िया नहीं सी लगे कोई ध्यान नहीं मेरी गल वल ताई रस्ती जानी मस्त जी बहुत आ बस बहुत आ डैडी ने नहीं घट चक्कन देनिया चीजा फलान सब कस्टर्ड एप्पल करना ट्राई बहुत आ डैडी समझदा पकदे ही नहीं चक लो प्याज तो लग ही जांदे अपने चिट्टे स्वाद नहीं हुंदे सैलड लई भी सब्जी लई भी आही स्वाद हुंदे ने मम्मा भी लेके गई सी चिट्टे फिर उन्होंने पसंद नहीं कीते सी ओही ला रहे हां आही ला लो यार एक तरह दे बना लो दूजा नहीं स्वाद लगदा सरों वाले ही स्वाद लगदा बना ले फिर नहीं हां बनाना इक्को ही औखा कहंदे दो दो बनाओ ए बॉक्स चो ए चाइनीज साग है निकल जाता साफ सफाई पालक आला साग बना पालक आला करो मेथी लभ नहीं रही फिर हुण असीं इह सोच रहे आं सारा कुछ कढ के पहला स्पिनच वाली ट्राई करदे मम्मा उहनां दा फिर आए करदे आं स्पिनच दा ही बना लैंदे की कन्वर्सेशन चल रही है मिल गया मिंट होर ला 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 दो ला ला चटनी बनानी कैट होंदी है ना मिंट दी हां आजो लो डैडी जी ए तो हल्के ही है चलो इंज कट ने हुने आउना तुसी ने फेर नहीं आउना ठीक है ठीक है रोज दा तो कम है थोड़ा एक चक्कर दा रोज दा है एक जो थोड़े एक जे थोड़े नौकर मिल लग जाए ना और मिलो दा एक नौकर तो तुसी शॉपिंग ली रखोगे भी शॉपिंग करनी है भाई तक ग्रोसरी ले आया है मैं कह मैं पालक तो दा जी तुसी लसन छिलो अपने प्रोसेस शुरू करिए
ਮੰਮੀ ਹੁਣੀ ਅੱਜ ਸਾਗ ਬਣਾ ਰਹੇ ਨੇ ਆਪਣੇ ਟਾਈਪ ਦਾ, ਸਰਸੋਂ ਦਾ ਨਹੀਂ ਬਣਾ ਰਹੇ, ਕੱਲੀ ਪਾਲਕ ਦਾ ਬਣਾ ਰਹੇ ਆ। ਪਾਪਾ ਲਸਣ ਛਲੋਗੇ ਤੁਸੀਂ? ਤੁਸੀਂ ਤਿਆਰੀ ਕਰਾਉਂਗੇ ਮੰਮਾ ਨਾਲ? ਤਿਆਰੀ ਕਰਾ ਦਾਂਗੇ। ਠੀਕ ਆ, ਚਲੋ ਅਸੀਂ ਆਉਣੇ ਆ। ਨੇਰਾ ਨਾ, ਮੈਂ ਫਿਰ ਫਲੈਸ਼ ਲਾਈ ਹੋਈ ਆ। ਸੋ ਗਾਇਸ, ਹੁਣ ਅਸੀਂ ਆਏ ਜੀ ਪਲਾਜ਼ੇ, ਮੈਂ ਕਟਾਉਣੇ ਆ ਵਾਲ ਤੇ ਕਿਨੂ ਨੇ ਲਵਾਉਣੇ ਆ ਨੇਲਸ। ਆਹ ਪਾਰਟ ਸਭ ਤੋਂ ਔਖਾ ਹੁੰਦਾ ਜਦੋਂ ਆਪਾਂ ਨੇਲਸ ਸਿਲੈਕਟ ਕਰਨੇ, ਵੀ ਕਿਹੜੇ ਕਲਰ ਦੇ ਲਵਾਉਣੇ ਆ, ਬਹੁਤ ਕਨਫਿਊਜ਼ਨ ਹੁੰਦੀ ਆ। ਮੇਰੇ ਆਹ ਵਾਲੇ ਨੇਲਸ 'ਚ ਨਾ ਮਹਿੰਦੀ ਦੇ ਸਟੇਨ ਸੀਗੇ, ਅਤੇ ਮਸਾਂ ਹੀ ਕੋਈ ਕਲਰ ਸੈੱਟ ਆਇਆ ਵੀ ਜਿਹਦੇ 'ਚੋਂ ਮਹਿੰਦੀ ਦੇ ਸਟੇਨ ਨਹੀਂ ਦਿਖ ਰਹੇ ਉੱਪਰ। ਇਸ ਵਾਰੀ ਮਨ ਨਾ ਪਿੰਕ ਦਾ ਹੀ ਸੀਗਾ, ਅਤੇ ਮੈਂ ਆਪਣੇ ਨੇਲਸ 'ਤੇ ਕਰਵਾਇਆ। ਇਸ ਵਾਰੀ ਮੈਂ ਟਿਪਸ ਨਹੀਂ ਲਵਾਈਆਂ, ਆਈ ਲਵ ਇਟ ਕੈਂਡਾ। ਬਟਨ ਲੱਗ ਰਹੇ ਨੇ ਨੇਲ ਬਟਨ। ਮੈਂ ਆਪਣੇ ਫੀਟ ਵੀ ਕਰਾ ਰਹੀ ਹਾਂ, ਇਸ ਵਾਰੀ ਮੈਂ ਪਿੰਕ ਕਰਵਾ ਰਹੀ ਹਾਂ ਪੈਰਾਂ 'ਤੇ। ਤੁਸੀਂ ਚਾਹ ਪੀਣ ਲੱਗ ਗਏ ਫਿਰ? ਹਾਂ, ਚਾਹ ਤਾਂ ਫਿਰ ਆਪਣਾ ਨਾਲੇ ਜੰਮੀ ਨਾਲੇ ਜਾਊਗੀ। ਪਾਲਕ ਜਲਦੀ ਬਣ ਜਾਂਦਾ, ਦਾਲ ਛੇਤੀ ਬਣਦੀ ਨੀ। ਤੇ ਬਾਕੀ ਆ ਪਾਲਕ ਧੋ ਕੇ ਹੁਣ ਕੱਟ ਕੇ ਆਪਾਂ ਇਹਦੇ ਵਿੱਚ ਕੁੱਕਰ ਵਿੱਚ ਪਾ ਦਾਂਗੇ, ਤੇ ਉੱਪਰ ਨਾਲ ਦਾਲ ਪਾ ਦਾਂਗੇ, ਨਾਲ ਲਸਣ ਤੇ ਅਦਰਕ ਪਾ ਦਾਂਗੇ, ਹਰੀ ਮਿਰਚ। ਹਰੀ ਮਿਰਚ, ਹਾਂ। ਤੇ ਉਸ ਤੋਂ ਬਾਅਦ ਫਿਰ ਅਗਲੀ ਸੀਟੀ ਮਰਾਵਾਂਗੇ, ਖਾਲੀ ਉਵੇਂ ਰੱਖ ਕੇ ਰਝਾਵਾਂਗੇ, ਸੀਟੀ ਮਰਾਵਾਂਗੇ, ਸੀਟੀ ਮਰਾਵਾਂਗੇ, ਹਾਂ। ਕਿਉਂਕਿ ਦਾਲ ਹੈ ਨਾ, ਦਾਲ ਸੀਟੀ ਤੋਂ ਬਿਨਾਂ ਨਹੀਂ ਬਣਨੀ, ਪਾਲਕ ਹਲੇ ਫਿਰ ਵੀ ਬਣ ਜਾਂਦਾ ਹੈ। ਹਾਂਜੀ ਹਾਂਜੀ, ਇੱਧਰ ਮਾਸਟਰ ਜੀ ਹੈਲਪ ਕਰ ਰਹੇ ਆ, ਲਸਣ ਕੱਟ ਰਹੇ ਆ। ਉੱਥੇ ਵੀ ਇਹ ਮੇਰੀ ਹੈਲਪ ਕਰਦੇ ਨੇ ਜਦੋਂ ਸਾਗ ਬਣਦਾ, ਖਾਸ ਕਰਕੇ ਲਸਣ ਅਦਰਕ ਹਰੀ ਮਿਰਚ ਦਾ ਪੇਸਟ। ਇਹ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਲਸਣ ਅਦਰਕ ਵਾਹ ਸਾਰਾ ਪਾ ਦੇਣਾ। ਇੱਧਰ ਮਾਸਟਰ ਜੀ ਨੇ ਸਾਰਾ ਧਨੀਆ ਠੀਕ ਕਰਤਾ, ਹੁਣ ਧਨੀਆ ਵੀ ਅਸੀਂ ਪਾਵਾਂਗੇ ਉਹਦੇ ਵਿੱਚ। ਲੂਣ ਜਿਹੜਾ ਪਾਲਕ ਚ ਹੁੰਦਾ, ਇਸ ਕਰਕੇ ਆਪਾਂ ਥੋੜਾ ਜਿਹਾ ਲੂਣ ਪਾਵਾਂਗੇ, ਤਾਂ ਕਿ ਜਿਹੜੀ ਦਾਲ ਹੈ ਉਹ ਚੰਗੀ ਤਰ੍ਹਾਂ ਬਣ ਜਾਵੇ। ਤੇ ਹੁਣ ਇਹਦੇ ਵਿੱਚ ਅਸੀਂ ਧਨੀਆ ਪਾ ਕੇ ਇਹਨੂੰ ਬੰਦ ਕਰ, ਜਿਹੜਾ ਹੈਗਾ ਸਾਰਾ ਘੋਟ ਲਿਆ, ਘੋਟ ਕੇ ਜਿਹੜਾ ਇਹਦਾ ਟੈਕਸਚਰ ਇਹੋ ਜਿਹਾ ਆ ਗਿਆ। ਤੇ ਹੁਣ ਇਹਦੇ ਵਿੱਚ ਆਪਾਂ ਤੜਕਾ ਲਾ ਕੇ ਪਾਉਣ ਲੱਗੇ ਹਾਂ। ਹੁਣ ਇੱਧਰ ਆਹ ਤੜਕੇ ਦਾ ਸਮਾਨ ਅਸੀਂ ਕੱਟਿਆ ਹੈ, ਹਰੀ ਮਿਰਚ ਤੇ ਅਦਰਕ ਰਹਿ ਗਿਆ, ਫਿਰ ਹੁਣ ਤੜਕਾ ਲਾਵਾਂਗੇ ਦੇਸੀ ਘਿਓ ਦਾ, ਹਨਾ। ਹਾਂ, ਦੇਸੀ ਘਿਓ ਦਾ ਤੜਕਾ ਲਾਉਣ ਲੱਗੇ। ਇੱਕ ਕੜਛੀ ਅਸੀਂ ਦੇਸੀ ਘਿਓ ਦੀ ਲੈ ਲਈ, ਹਾਂਜੀ, ਇੱਕ ਆਪਾਂ ਲਾਲ ਮਿਰਚ ਪਾ ਲਈ, ਇਹਦਾ ਬਹੁਤ ਅੱਛੀ ਖੁਸ਼ਬੂ ਆਉਂਦੀ ਹੈ ਭੁੰਨ ਕੇ। ਤੇ ਹਿੰਗ ਵੀ ਪਾ ਲਿਓ ਮਾਸੀ ਜੀ, ਹਿੰਗ ਵੀ ਪਾ ਲਓ, ਹਿੰਗ ਦਾ ਹੀ ਪਾ ਦਾਂਗੇ ਜਦੋਂ ਅਵਾਲਾ ਦੇ ਬਾਅਦ ਚ ਪਾਵਾਂਗੇ। ਹਾਂਜੀ, ਇਹ ਹੋ ਗਿਆ ਸਾਡਾ ਜੀਰਾ, ਜੀਰੇ ਤੋਂ ਬਾਅਦ ਅਸੀਂ ਇਹ ਚ ਪਾ ਲੈਣੇ ਲਸਣ, ਆਹ ਧਨੀਆ ਕ੍ਰਸ਼ ਕੀਤਾ ਹੈ, ਲਸਣ ਬਰਾਮ ਹੋਣ ਤੋਂ ਬਾਅਦ ਅਸੀਂ ਇਹ ਚ ਪਾ ਲਿਆ ਪਿਆਜ਼, ਹੁਣ ਅਸੀਂ ਪਾਵਾਂਗੇ ਅਦਰਕ ਪਾ ਦੇ ਵਿੱਚ। ਮਸਰ ਤੂੰ ਦਿਖਾਓ, ਮਸਰ ਦੇਖ ਸਹੀ ਬਈਆ, ਦੇਖੋ ਦੇਖੋ, ਟਮਾਟਰ ਕੱਟ ਦੋ ਜੀ, ਟਮਾਟਰ ਚਲੋ ਕੋਈ ਨੀ, ਲਿਓ ਲਿਓ ਲਿਓ। ਹਾਂ ਠੀਕ ਹੈ, ਬਾਜੀ ਦੇਖ ਰਹਾ ਸੀ ਕੱਟੇ ਨੇ, ਮਾੜੇ ਮੋਟੇ ਮੋਟੇ ਤਾਂ ਨਹੀਂ, ਇੰਦਰ ਕਰਾਇਆ ਇਹ ਹੇਅਰ ਕੱਟ, ਚਮਕ ਜਾਂਦੇ ਤੁਸੀਂ, ਪਿੰਕ ਪਰਪਲ ਜੇ ਲੱਗ ਰਿਹਾ ਮੈਨੂੰ ਤਾਂ। ਹਾਂ, ਇਹ ਪਿੰਕ ਪਰਪਲ ਜੇ ਆ ਥੋੜੇ, ਐਂਡ ਪੈਰਾਂ ਦੇ ਵੀ ਇਹੀ ਕਰਵਾਏ ਨੇ। ਨਾ ਕਰਾਉਣ ਦੀ ਖੁਸ਼ੀ ਚ ਮਿੱਠਾ ਖਾਣਾ, ਸਭ ਤੋਂ ਤਾਂ ਨੋਹਾਂ ਵੱਲ ਤਾਂ ਧਿਆਨ ਹੀ ਹੈ ਨੀ, ਰਸਗੁੱਲੇ ਵੱਲ ਧਿਆਨ ਹੈ। ਚੱਪਾ ਤਾਂ ਲੈ ਆਈ, ਚੱਪੀ ਹੋਰ ਕਿਤੇ ਲੈ ਆਉਂਦੀ, ਇਹ ਤਾਂ ਖਾਦੇ ਵੀ ਆ ਮੈਂ। ਥੈਂਕ ਯੂ, ਮੇਰਾ ਨਾ ਕਰਾਉਂਦੀ। ਅੱਛਾ, ਬਹੁਤ ਬਹੁਤ ਵਧਾਈਆਂ ਹੋਣ ਤੈਨੂੰ ਤਾਂ, ਬਹੁਤ ਆ ਦੇਖ ਲਓ। ਹਾਂ, ਹੁਣ ਬਹੁਤ ਸੋਹਣੇ ਹੋ ਗਏ ਪੈਰਾਂ ਦੇ, ਹੈਨਾ। ਚੌੜਾ ਕਰ ਰਹੀ ਮੰਮੀ, ਓਦਾਂ ਚੈੱਕ ਕਰ ਲੋ, ਬਹੁਤ ਵਧੀਆ ਨੇ ਤੇਰੇ ਨਾਲ। ਸਮਝਣ ਕਹਿੰਦਾ ਟੇਸਟ ਕਰਕੇ ਦੇਖੀ ਬੇਟਾ।
ਨਹੀਂ ਮੰਮੀ ਨੇ ਪਤਾ ਸਮਤਾ ਨੂੰ ਕੀ ਕਿਹਾ, ਮੰਮੀ ਕਹਿੰਦੇ ਸਮਤਾ ਮਾੜਾ ਵੀਡੀਓ ਚ ਟੇਸਟ ਕਰਕੇ ਕਹੀ, ਬਹੁਤ ਸਵਾਦ ਹੈ, ਬਹੁਤ ਸਵਾਦ ਲੱਗਿਆ ਮੈਨੂੰ ਸਾਗ। ਅੱਛਾ ਸਮ ਤਾਂ ਓਦਾਂ ਦੀ ਟੇਸਟ ਆ ਸਾਗ ਦਾ ਕਿ ਡਿਫਰੈਂਟ ਆ? ਥੋੜਾ ਡਿਫਰੈਂਟ ਆ ਪਰ ਮੈਨੂੰ ਸਵਾਦ ਲੱਗਾ, ਉਹ ਚ ਸਰੋਂ ਦਾ ਟੇਸਟ ਆਉਂਦਾ ਨਾ ਫਿਰ। ਹਾਂ ਦੋਵਾਂ ਤੇ ਕੰਪੈਰੀਜ਼ਨ, ਦੋਵੇਂ ਸਵਾਦ ਆ, ਮਸਤ ਮਸਤ ਜੀ, ਬਹੁਤ ਸਵਾਦ ਆ। ਤੁਹਾਡਾ ਇੱਕ ਬੰਦੇ ਨੇ ਪਾਸ ਕਰਤਾ, ਦੋ ਬੰਦਿਆਂ ਨੇ ਕਰਤਾ, ਦੋ ਬੰਦਿਆਂ ਨੇ ਪਾਸ ਕਰਤਾ ਸਾਗ। ਇਹ ਬਹੁਤ ਜ਼ਿਆਦਾ ਚੂਜ਼ੀ ਆ, ਇਹ ਬੰਦੇ ਤੋਂ ਦੇਖਦੇ ਆ। ਤੁਸੀਂ ਕੀ ਕਾਹਦੇ ਲਈ ਕੱਟ ਰਹੇ ਹੋ? ਮੇਰੇ ਲੱਸੀ ਬਣਾ ਦੇ ਇਹਦੇ ਨਾਲ। ਇਹਦੇ ਨਾਲ ਕੌਣ ਲੱਸੀ ਬਣਾਉਂਦਾ? ਪਿਆਜ ਵਾਲੀ, ਪਿਆਜ ਵਾਲੀ ਲੱਸੀ ਨਹੀਂ ਹੁੰਦੀ, ਪਿਆਜ ਵਾਲੀ ਲੱਸੀ ਕੌਣ ਬਣਾਉਂਦਾ? ਆਹੋ ਫਿਰ ਲੱਸੀ ਕਿਵੇਂ ਬਣਦੀ ਹੁੰਦੀ ਆ? ਪਿਆਜ ਪਾਉਣ ਲਈ ਤੇ ਹੁੰਦੀ ਆ ਕਦੇ ਕਦੇ। ਓਏ ਉਹ ਤਾਂ ਦਹੀਂ ਪੈ ਜਾਂਦੇ ਰਾਇਤਾ, ਉਹ ਤਾਂ ਰਾਇਤੇ ਚ ਪਾਣੀ ਪਾ ਕੇ ਦਿੱਤਾ ਸੀ ਮੈਂ। ਚੱਲ ਫਿਰ ਬਣਾ ਦੇ। ਲੱਸੀ ਚ ਤਾਂ ਕਾਲਾ ਨਮਕ ਤੇ ਜੀਰਾ ਭੁੰਨਿਆ ਹੋਇਆ ਪੈਂਦਾ ਬਸ। ਬਣਾ ਦੇ ਫਿਰ। ਮੇਰੇ ਸਾਗ ਚ ਪਿਆਜ ਕਿਉਂ ਪਾ ਲਏ? ਫਿਰ ਹੋਰ ਕਿੱਥੇ ਪਾ ਲੱਸੀ ਜੋ ਨਹੀਂ ਪਾ ਰਹੀ। ਪਾਣੀ ਸੀ ਮੇਰੇ ਸਾਗ ਚ ਪਾ ਲਈ। ਹੋਰ ਕੀ ਟੇਸਟ ਕਿਹਾ ਵੀ ਟੇਸਟ? ਹਾਂ ਹਾਂ ਅਸੀਂ ਜਿੰਮੇ ਕਿਵੇਂ ਸੀ ਬੰਦਣਾ ਨਹੀਂ ਗਿਆ। ਆਨੈਸਟ ਰਿਵਿਊ ਦਊਂਗਾ, ਸਾਗ ਬਹੁਤ ਸਵਾਦ ਆ। ਮੈਂ ਐਕਸਪੈਕਟ ਕੀਤਾ ਸੀ ਵੀ ਬਿਲਕੁਲ ਨਹੀਂ ਸਵਾਦ ਹੋਣਾ, ਬਟ ਬਹੁਤ ਸਵਾਦ ਆ। ਬਟ ਉਹਦੇ ਕੰਪੈਰੀਟਿਵਲੀ ਘੱਟ ਸਵਾਦ, ਜਿੰਨੇ ਸੌਖੇ ਤਰੀਕੇ ਨਾਲ ਬਣਦਾ ਤਾਂ ਬਹੁਤ ਵਧੀਆ ਆ, ਐ ਮਾੜਾ ਨਹੀਂ ਹੈ, ਬੜੀ ਬੜਾ ਸਵਾਦ ਆ, ਬੜਾ ਸਵਾਦ ਆ। ਮੈਂ ਹਾਈ ਚੈੱਕ ਕਰ ਗਈ ਮੇ ਯਾਰੇ ਰਾਤ ਵਧੀਆ ਬਣੇ। ਮੈਂ ਆ ਗਿਆ ਮੱਖੀ ਰੋਟੀ ਸਰੋਂ ਦਾ ਸਾਗ ਨਾਲ ਲੱਸੀ। ਸਰੋਂ ਦਾ ਨਹੀਂ ਹੈਗਾ ਸਾਗ, ਸਹੀ ਆ ਪਲੇਠਾ ਖਾ ਗਏ ਬਾਹਰ ਦਾ ਸਾਗ, ਬਾਹਰ ਦਾ ਯਾਰੇ ਦਾ ਸੀ ਅੰਨਾ, ਨਾਲੇ ਹੈਲਦੀ ਆ, ਨਾਲੇ ਬਣਦਾ ਬੜੀ ਜਲਦੀ ਆ। ਆ ਤੇਰੀ ਸੇਵਿੰਗ ਬੈਂਕ ਹੈ, ਇਹਦੇ ਚ ਇਥੋਂ ਦੀ ਠੋਲੂ ਪਾਉਣੇ ਨੇ, ਇਹ ਚ ਪੈਸੇ ਐਡ ਕਰੀ ਗਏ, ਠੀਕ ਹੈ? ਤੋੜ ਨਾ ਦੇਈ ਇਹਨੂੰ, ਠੀਕ ਹੈ? ਲੈ ਜਾ ਭੱਜ ਰੱਖ, ਲੈ ਸਜੀ ਤੈਨੂੰ ਵੀ ਦਿੰਦਾ। ਹਾਂ ਇਹ ਵੀ ਪੈ ਜਾਣਗੇ, ਪਾ ਦੇ ਕਲੰਦ। ਵੈਰੀ ਗੁੱਡ, ਹੁਣ ਦੀਵਾਲੀ ਨੂੰ ਭੰਨਾਂਗੇ ਫਿਰ ਇਹਨੂੰ, ਤੈਨੂੰ ਕੱਪੜੇ ਲਿਆ ਕੇ ਦੇਵਾਂਗੇ। ਵੈਰੀ ਗੁੱਡ, ਹੋਰ ਐਡ ਕਰ ਦੇ, ਠੀਕ ਹੈ? ਲੈ ਲਿਆ ਇੱਥੇ ਰੱਖ, ਤੂੰ ਵੀ ਰੱਖ ਇੱਥੇ। ਜੀ ਤਾਂ ਚਾਂਦੀ ਦਾ ਵੀ ਲਈ ਫਿਰਦਾ ਇੱਕ ਵੇ। ਬਸ 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 ਚਲੋ, ਪਾਪਾ ਨੂੰ ਦਿਖਾ ਦੀ। ਗਰਮੀਆਂ ਦੇ ਵਿੱਚ ਗੰਨੇ ਦਾ ਰਸ ਬੜਾ ਵਧੀਆ ਲੱਗਦਾ। ਦੋ ਗਲਾਸ ਕਹੇ ਸੀ ਕਿ ਤੂੰ, ਕਹਿੰਦੀ ਪਾਪਾ ਮੈਂ ਤਾਂ ਪੀਣਾ ਨੀ, ਮੈਂ ਕੋਈ ਘਬਰਾਣਾ ਨਹੀਂ ਪੀ ਦੂੰਗਾ ਤੁਹਾਨੂੰ। ਤੂੰ ਚਿੜੀਆਂ ਹੁੰਦੀਆਂ ਨੇ ਨਾ ਸਵੇਰੇ ਸਵੇਰੇ, ਨਾ ਇਹਦਾ ਪਾਣੀ ਪੂਣੀ ਪੀ ਲਿਆ ਕਰਨੀ ਉਰੇ, ਓਕੇ ਆ ਕੰਮ? ਨਾ ਇਹਦਾ ਦਰਖਤ ਹੈ ਇੱਥੇ, ਪਾਣੀ ਪੂਣੀ ਵੀ ਨੇੜੇ ਆ। ਇਹ ਆਲਣਾ ਹੈ ਜਿਵੇਂ ਤੇਰਾ ਰੂਮ ਹੈ ਨਾ, ਇਹ ਚਿੜੀਆਂ ਦਾ ਰੂਮ ਹੈ। ਨਾਜੂ ਤਾਂ ਕਾਰ ਸਿੱਖ ਗਈ ਓਏ। ਮੋਟਰਾਂ ਦੇ ਕੋਠੇ ਸੀਗੇ ਜਿਹੜੇ, ਡੈਡੀ ਹੁਣੀ ਦੱਸਦੇ ਹੁੰਦੇ ਨੇ ਵੀ ਇਹ 1980-81 ਚ ਬਣਵਾਏ ਸੀ, ਤੇ ਆ ਹੁਣ ਢਹਿ ਢੂ ਗਏ ਸੀਗੇ ਥੋੜਾ ਜਿਹਾ, ਰਿਪੇਅਰ ਕਰਾਏ ਨੇ ਇਹ। ਤੇ ਉਦੋਂ ਸ਼ੌਂਕ ਹੁੰਦਾ ਸੀਗਾ, ਛੋਟੇ ਬੱਚਿਆਂ ਦੇ ਨਾਂ ਲਿਖਦੇ ਹੁੰਦੇ ਸੀਗੇ ਉਦੋਂ ਟਰਾਲੀਆਂ ਦੇ ਉੱਤੇ, ਜਾਂ ਕੋਈ ਮੋਟਰ ਤੇ ਕੋਈ ਖੂਹ ਬਣਾਉਣਾ ਜਾਂ ਚ ਬੱਚੇ ਦੇ ਉੱਤੇ, ਬੱਚਿਆਂ ਨੂੰ ਵੀ ਸ਼ੌਂਕ ਹੁੰਦਾ ਸੀ ਕਿ ਸਾਡਾ ਨਾਮ ਲਿਖਿਆ ਗਿਆ। ਉੱਧਰ ਮੱਕੀ ਜਾਮ ਕਰੀ ਹੈ ਜੀ, ਇਸ ਵਾਰ ਬਰਸੀਨ ਵੀ ਲੰਬਾ ਚੱਲ ਗਿਆ ਆਪਣਾ। ਬੱਚਿਆਂ ਨੂੰ ਸਕੂਲ ਛੱਡਣ ਦੇ ਬਾਅਦ ਮੈਂ ਸੀਗਾ ਨਰਸਰੀ, ਮੈਂ ਕਿਹਾ ਚਲੋ ਪ੍ਰੈਕਟਿਸ ਲੈਂਦੇ ਹਾਂ। ਪੋਟ ਲਿਆ ਸੀਗਾ ਜਿਹੜਾ ਆਪਾਂ ਉਹਨੂੰ ਰੱਖਾਂਗੇ ਆਪਣੇ ਆਫਿਸ ਦੇ ਵਿੱਚ। ਵਿੱਚ ਬਿਲਡਿੰਗਾਂ ਦੇਖੋ ਪੁਰਾਣੀਆਂ ਕਿੰਨੀਆਂ ਕਿੰਨੀਆਂ ਘੈਂਟ ਬਣੀਆਂ ਹੋਈਆਂ ਨੇ, ਅਤੇ ਇੱਕ ਆ ਨਰਸਰੀ ਆ ਬਹੁਤ ਵਧੀਆ, ਅਤੇ ਬਹੁਤ ਵਧੀਆ ਬੰਦੇ ਆ, ਇਹਨਾਂ ਤੋਂ ਪਤਾ ਕਰਦੇ ਹਾਂ ਕੈਕਟਸ ਬਾਰੇ। ਪੇੜ ਪੌਦਿਆਂ ਦੇ ਵਿੱਚ ਜਾਂ ਪੰਛੀਆਂ ਦੇ ਵਿੱਚ ਆਉਂਦੇ ਹਾਂ ਨਾ, ਬੜੀ ਪੋਜ਼ਿਟਿਵ ਜੀ ਵਾਈਬ ਆਉਂਦੀ ਹੈ। ਇਹ ਕਿੰਨੇ ਦਾ ਇੱਕ? 100 ਰੁਪਏ। ਇਹਨੂੰ ਫਿਕਸ ਕਰ ਦਿਓ ਗਮਲੇ ਦੇ। ਚਲੋ ਨਾਰੀਅਲ ਦਾ ਹੁੰਦਾ ਨਾ ਇਹ ਬਰਾਦਾ, ਕੋਈ ਟ੍ਰੇ ਹੈਗੀ ਹੈ ਨੀਚੇ ਜਿਹੜਾ ਕਿ ਪਾਣੀ ਹੈ ਜਿਹੜਾ ਕੋਈ ਉਹ ਨਾ ਆਵੇ ਥੱਲੇ? ਇਹਨੂੰ ਕਿੰਨਵੇਂ ਦਿਨ ਪਾਣੀ ਚਾਹੀਦਾ? ਹਫ਼ਤੇ ਬਾਅਦ ਦੇ ਦਿਓ। ਸਨਲਾਈਟ ਚਾਹੀਦੀ ਇਹਨੂੰ? ਹਾਂ ਥੋੜਾ ਬਹੁਤ ਕਦੀ ਕਦੀ। ਪੱਕਾ ਪਲਾਂਟ ਹੈ ਯਾਰ, ਪੱਕਾ ਪੱਕਾ ਮਤਲਬ ਸਾਰਾ ਸਾਲ ਚੱਲਦਾ ਹੈ, ਇਹਨਾਂ ਪਾਣੀ ਬਹੁਤ ਹੈ। ਠੀਕ ਹੈ, ਇੱਕ ਹਫ਼ਤਾ ਲੋਡ ਨਹੀਂ। ਓਕੇ, ਉਹ ਆਪਾਂ ਪਲਾਂਟ ਲੈ ਲਿਆ ਜੀ, ਇਹਨੂੰ ਰੱਖਾਂਗੇ ਆਫਿਸ ਟੇਬਲ ਦੇ ਉੱਤੇ। ਆਪਾਂ ਇੱਕ ਆਹ ਗਮਲਾ ਲਿਆ, ਇਹਦੇ ਚ ਆਫਿਸ ਦੇ ਬਾਹਰ ਰੱਖਾਂਗੇ। ਐਦਾਂ ਦਾ ਦਿਓ ਭਾਜੀ ਜਿਹਦੀ ਲਾਈਫ ਹੋਵੇ, ਸਪਾਈਡਰ ਪਲਾਂਟ ਤੱਕੜ ਜਿਹਾ ਹੋਵੇ, ਮਤਲਬ ਸੁੱਕੇ ਨਾ। ਇਹ ਹੈਗਾ
ਸਪਾਈਡਰ ਦੇ ਦੋ ਫਿਰ ਇਹ ਕਿੰਨੇ ਦਾ 50 ਦਾ ਇਹ ਦੇ ਦੋ ਇਹਨੂੰ ਪਾਣੀ ਕਿੰਨਾ ਕੁ ਚਾਹੀਦਾ ਉਸਕੋ ਵੀ ਜਬ ਮਿੱਟੀ ਸੁੱਕੇ ਫਿਰ ਪਾਣੀ ਦੋ ਧੁੱਪ ਕਦੇ ਕਦੇ ਥੋੜਾ ਸਾ ਲੱਗ ਜਾਏ ਕੋਈ ਦਿੱਕਤ ਨਹੀਂ ਆ ਠੀਕ ਹੈ ਇਹ ਵੀ ਆਪਾਂ ਬੂਟਾ ਤਿਆਰ ਕਰਵਾ ਲੈਂਦੇ ਹਾਂ ਆਪੇ ਦੇ ਬਾਹਰ ਰੱਖ ਲਈ ਇਹ ਵੀ ਕਲਾ ਹਨਾ ਦੇਖਦੇ ਹਾਂ ਇਹ ਸਰਵਾਈਵ ਕਰ ਪਾਉਂਦਾ ਕਿ ਨਹੀਂ ਕਿਉਂਕਿ ਉੱਥੇ ਧੁੱਪ ਤੇ ਹਵਾ ਘੱਟ ਆਉਂਦੀ ਹੈ ਇੰਡੋਰ ਚੱਲ ਜਾਏਗਾ ਨਾ ਭਾਈ ਸਾਹਿਬ ਇਹ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਯੂਪੀ ਯੂਪੀ ਕਿਹੜਾ ਜ਼ਿਲ੍ਹਾ ਜ਼ਿਲ੍ਹਾ ਉਨਾਓ ਉਨਾਓ ਯਾਰ ਸਾਡੇ ਪੰਜਾਬੀ ਬੰਦੇ ਨਹੀਂ ਨਾ ਕੰਮ ਕਰਦੇ ਪੰਜਾਬੀ ਕਰਨ ਲੱਗੇ ਤੇ ਯੂਪੀ ਵਾਲੇ ਕਹਾਂ ਜਾਣਗੇ ਪੰਜਾਬੀ ਕਰਦੇ ਬਾਹਰ ਭਾਗ ਰਹੇ ਸਾਰੇ ਬਾਰੇ ਤੋਂ ਅਮਰੀਕਾ ਕੈਨੇਡਾ ਕੋਈ ਰਸਤਾ ਹਮਾਰਾ ਡਰਾਈਵਰ ਤਾਂ ਵੀ ਅਮਰੀਕਾ ਪਹੁੰਚ ਗਿਆ ਪਹੁੰਚ ਗਿਆ ਜੋ ਹਮਾਰੇ ਅੰਕਲ ਦਾ ਡਰਾਈਵਰ ਥਾ ਨਾ ਪੰਜਾਬ ਕੋ ਵੀ ਅਮਰੀਕਾ ਚਲਾ ਗਿਆ ਡਰਾਈਵਰ ਕੀ ਬਾਤ 45 ਲੱਖ ਰੁਪਏ ਖਰਚ ਕੇ ਅੱਛਾ ਕੱਲ ਪਹੁੰਚ ਗਿਆ ਠੀਕ ਹੈ ਠੀਕ ਪਹੁੰਚ ਗਿਆ ਹਾਂ ਠੀਕ ਠੀਕ ਹੁਣ ਕਹਿ ਦੋ ਸਰਦਾਰ ਜੀ ਨਹੀਂ ਆਏ ਅਭੀ ਨਹੀਂ ਬੜੇ ਸਰਦਾਰ ਜੀ ਤੋਂ ਪੂਰੇ ਹੋ ਗਏ ਤੇ ਜੀ ਬਹੁਤ ਅੱਛੇ ਬੰਦੇ ਤੇ ਨਾ ਉਹ ਬਹੁਤ ਬੜੀਆ ਜੀ ਉਨਕੇ ਵਰਕਾ ਬੰਦੇ ਹੀ ਹੋਣਾ ਮੁਸ਼ਕਲ ਹੈ ਜੀ 98 ਸਾਲ ਉਮਰ ਮੇ ਗਏ 98 ਸਾਲ ਦੀ ਉਮਰ ਮੇ ਔਰ ਕਿਸੇ ਸੇ ਗਲਾਸ ਪਾਣੀ ਵੀ ਨਹੀਂ ਲਿਆ ਬਸ ਸਵੇਰ ਰਾਤ ਕੋ ਖਾਣਾ ਖਾਇਆ ਸਵੇਰ ਬਸ ਨਾਸਤਕ ਪਹਿਲੇ ਚਲੇ ਪੱਤਾ ਸੁੱਕ ਜਾਂਦਾ ਕੱਟ ਦੋ ਉਹਨੂੰ ਆਹ ਤੋੜਨੇ ਆ ਕੇ ਕਾ ਦਿਓ ਖਰਾਬ ਪੱਤੇ ਇਹ ਲੰਬੇ ਨਹੀਂ ਹੁੰਦੇ ਆਪਣੇ ਇਹ ਗੋਲ ਵਾਲੇ ਇਹ ਪੰਜਾਬ ਦਾ ਰੰਗੂ ਗੋਲਾ ਹੀ ਹੁੰਦਾ ਜੀ ਠੀਕ ਹੈ ਲੰਬਾ ਹੁੰਦਾ ਮਹਾਰਾਸ਼ਟਰ ਵਾਲਾ ਮਹਾਰਾਸ਼ਟਰ ਵਾਲਾ ਲੰਬਾ ਇਹ ਪੰਜਾਬ ਮੇ ਇਹ ਖੱਟਾ ਹੁੰਦਾ ਨਾ ਜ਼ਿਆਦਾ ਨਹੀਂ ਨਹੀਂ ਠੀਕ ਹੈ ਇਹ ਤਾਂ ਹੁੰਦਾ अभी पका नहीं आपको खिलाते आप कहोगे वाकई में ठीक है अच्छा अभी तो खट्टा मीठा होगा इसमें से तो इसमें से एक काला अंगूर भी होता अपने के नहीं हां काला ही होता है काला तो दोनों पर है दोनों गोल ये लंबा अपनी मिट्टी शूट नहीं करता वो मिट्टी शूट नहीं करता ये खा के देखो हां खा के देखो क्योंकि काले वाला है अभी रंग बदल रहा है तो अभी पूरा टेस्ट नहीं बना फिर भी देखो कितना अच्छा है ਮਿੱਠਾ ਨਾ ਹਾਂ ਕੋਈ ਬੀਜ ਕਾ ਕੋਈ ਪਤਾ ਨਹੀਂ ਹੈ ਹੀ ਨਹੀਂ ਇਹ ਬਿਲਡਿੰਗਸ ਨਾ ਅੰਗਰੇਜ਼ਾਂ ਟਾਈਮ ਦੀਆਂ ਬਣੀਆਂ ਹੋਈਆਂ ਦੇਖੋ ਕਿੰਨੀਆਂ ਕੈਂਟ ਬਣੀਆਂ ਹੋਈਆਂ ਇਹ ਬੂਆ ਬੈਗ ਖੁਸ਼ੂ ਕੋਮਲੋਰਾਂ ਦਾ ਉਦੋਂ ਦਾ ਉਰੀ ਪਿਆ ਜਾਣ ਕੇ ਨਹੀਂ ਤਾਰੇ ਵੀ ਮੈਂ ਦੇਖਦੀ ਜਾਂ ਮੇਰਾ ਦਿਲ ਜਾ ਲੱਗਿਆ ਰਹਿੰਦਾ ਵੀ ਹਾਂ ਖੁਸ਼ੀ ਦਾ ਸਮਾਨ ਪਿਆ ਹੈ ਇੰਨਾ ਮਿਸ ਕਰਦੇ ਖੁਸ਼ੀ ਨੂੰ ਹੋਰ ਬਹੁਤ ਕਰਦੀ ਆ ਮੈਂ ਤਾਂ ਕਿਉਂਕਿ ਜੇ ਕੋਮਲ ਗਈ ਆ ਖੁਸ਼ੀ ਹੈਗੀ ਤੀ ਹੁਣ ਹੈਗਾ ਤਾਂ ਸਹੀ ਲੇਲਾ ਆਪਣੇ ਗਰਨੂਰ ਸਿੰਘ ਗਰਨੂਰ ਸਿੰਘ ਬਹੁਤ ਤੰਗ ਕਰਦਾ ਉਹ ਹੈਂਡਲ ਵੀ ਕਰ ਲੈਂਦੀ ਤੀ ਇਹਨੂੰ ਤਰੀਕਾ ਸੀ ਉਹਦਾ ਇੱਥੇ ਬੰਦ ਕਰਕੇ ਪੜਾਉਂਦੀ ਤੀ ਫਿਰ ਆ ਰੂਮ ਚ ਲੋਕ ਲੱਗ ਸਭ ਤੋਂ ਸੇਤੀ ਆਉਂਦਾ ਨਹੀਂ ਕਾਬੂ ਦੇਖ ਲਓ ਬਈ ਐਵੇਂ ਮਾਵਾਂ ਧੀਆਂ ਨੂੰ ਯਾਦ ਕਰਦੀਆਂ ਨੇ ਗਰਨੂਰ ਸਿੰਘ ਲੈ ਕੇ ਆਏ ਨੇ ਨਵੀਂ ਆਈਟਮ ਇਹਦੇ ਨਵੀਂ ਨਵੀਂ ਹੌਬੀ ਨਿਕਲ ਆ ਰਹੀਆਂ ਨੇ ਹੈ ਇਹ ਤਾਂ ਕਲਾਕਾਰ ਹੀ ਨੇ ਬਹੁਤ ਤੇਰੇ ਜਵਾਕ ਤਾਂ ਸਾਰੀ ਬਣਨਾ ਪਤਾ ਨਹੀਂ ਕੀ ਹੈ ਹਜੇ ਪਰ ਚੀਜ਼ ਤਾਂ ਹਰੇਕ ਕਰਨ ਲੈ ਦੋ ਕੁੜੀਆਂ ਨਹੀਂ ਇੰਨਾ ਖਰਚ ਕਰਾਉਂਦੀਆਂ ਜਿੰਨਾ ਮੁੰਡੇ ਕਰਾਉਂਦੇ ਕੁੜੀਆਂ ਚਰੀਆਂ ਸੋਚ ਕੇ ਗਰਨੂਰ ਸਿੰਘ ਲੈ ਗਿਟਾਰ ਹੈ ਨਾ ਕੀ ਬਾਤ ਹੈ ਇਹ ਕੱਲ ਤੋਂ ਆ ਕੇ ਲਿਆਏ ਬੂਆ ਕਿੱਥੋਂ ਲੈ ਕੇ ਆਏ ਨਾਗੀ ਦੇ ਉਹਨਾਂ ਦੀ ਗੱਡੀ ਦੀ ਬੈਟਰੀ ਲੋ ਹੋ ਗਈ ਸੀ ਤੇ ਅੱਜ ਆਪਣਾ ਯੰਤਰ ਕੰਮ ਆ ਗਿਆ ਤੇ ਭਾਈ ਉਹਨਾਂ ਦੀ ਗੱਡੀ ਸਟਾਰਟ ਹੋ ਗਈ ਭਾਈ ਹੁਣ ਸੀਗੇ ਪ੍ਰੋਬਲਮ ਦੇ ਵਿੱਚ ਛੋਟੇ ਛੋਟੇ ਕਿਸੇ ਦੀ ਵੀ ਹੈਲਪ ਜੇ ਤੁਹਾਨੂੰ ਲੱਗੇ ਚਾਹੇ ਕੋਈ ਨਹੀਂ ਪੁੱਛ ਰਿਹਾ ਤੁਹਾਡੇ ਤੋਂ ਜੇ ਤੁਹਾਨੂੰ ਲੱਗਦਾ ਕਿ ਇਹਨੂੰ ਮੇਰੀ ਹੈਲਪ ਦੀ ਲੋੜ ਹੈ ਤੁਸੀਂ ਕਰ ਦਿਆ ਕਰੋ ਇਹ ਚੀਜ਼ਾਂ ਨਾ ਬਹੁਤ ਖੁਸ਼ੀ ਦਿੰਦੀਆਂ ਤੁਹਾਨੂੰ ਵਧੀਆ ਲੱਗ ਰਿਹਾ ਦੇਖੋ ਗਾਈਸ ਫਰਨੀਚਰ ਨਾਲ ਵੀ ਥੋੜ੍ਹਾ ਮੈਚ ਕਰ ਗਿਆ ਗ੍ਰੀਨ ਗ੍ਰੀਨ ਥੋੜ੍ਹਾ ਆਪਾਂ ਨੇ ਰੱਖਤਾ ਬਾਹਰ ਘੁੰਮਦੇ ਤਾਂ ਕਿ ਜੇ ਕੋਈ ਥੋੜ੍ਹਾ ਬਹੁਤਾ ਪਾਣੀ ਪੂਣੀ ਕਦੇ ਗਲਾਸ ਵਗੈਰਾ ਵਾਸ਼ ਕਰਨਾ ਹੋਵੇ ਤਾਂ ਇਹਦੇ 'ਚ ਵੀ ਪੈ ਜੂਗਾ